For all updated news, please subscribe Eva News and ring the bell. ਲੁਧਿਆਣਾ ਦੀਆਂ ਨਗਰ ਨਿਗਮ ਚੋਣਾਂ ਦੇ ਨਜ਼ਦੀਕ ਆਉਂਦਿਆਂ ਹੀ ਰਾਜਨੇਤਾਵਾਂ ਵੱਲੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਦੇ ਤਹਿਤ ਹੀ ਲੁਧਿਆਣਾ 'ਚ ਬੀਜੇਪੀ ਸਾਂਸਦ ਤਰੁਣ ਚੁੱਗ ਦੀ ਪ੍ਰਧਾਨਗੀ 'ਚ ਬੀਜੇਪੀ ਵਰਕਰਾਂ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਉਹਨਾਂ ਵੱਲੋਂ ਕਾਂਗਰਸ ਸਰਕਾਰ ਦੇ ਕਈ ਨਿਸ਼ਾਨੇ ਸਾਧੇ ਗਏ। ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਨੇਤ੍ਰਿਤਵ ਦੀ ਕਾਂਗਰਸ ਸਰਕਾਰ ਵਾਅਦਾ ਖਿਲਾਫੀ, ਜਨਤਾ ਨਾਲ ਕੀਤੇ ਵਾਅਦਿਆਂ ਨੂੰ ਧੋਖਾ ਦੇਣ ਵਾਲੀ ਸਰਕਾਰ ਹੈ ਔਰ ਇਹ ਮੈਨੀਫੈਸਟੋ ਔਰ ਕੌਫੀ ਵਿਦ ਕੈਪਟਨ ਔਰ ਹਲਕਾ ਵਿਦ ਕੈਪਟਨ 'ਚ ਕੀਤਾ ਗਿਆ ਇੱਕ ਵੀ ਵਾਅਦਾ ਉਸ ਪ੍ਰੋਗਰਾਮਾਂ 'ਚ ਰਹਿਰੇ ਰਹੀ ਸੁੱਟਿਆ ਗਿਆ। ਜਿਹੜਾ ਮੱਕੜ ਜਾਲ ਸੀ, ਜਿਹੜਾ ਮਾਇਆ ਜਾਲ ਸੀ, ਉਹ 'ਚ ਪੰਜਾਬ ਦੀ ਜਨਤਾ ਆ ਗਈ। ਔਰ ਅੱਜ ਕੈਪਟਨ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ, ਇਸ ਮੈਨੀਫੈਸਟੋ 'ਚ ਉਹਨਾਂ ਨੇ ਕਿਹੜਾ ਇੱਕ ਵਾਅਦਾ ਪੂਰਾ ਕੀਤਾ ਦੱਸਣ ਜਨਤਾ ਨੂੰ ਆ ਕੇ। ਨਾ ਤਾਂ ਨੌਜਵਾਨਾਂ ਨੂੰ ਅੱਜ ਤੱਕ ਉਹ ਫੁੱਲੀ ਲੋਡਡ ਮੋਬਾਈਲ ਮਿਲਿਆ, ਨਾ ਕਿਸਾਨਾਂ ਨੂੰ ਕਰਜ਼ੇ ਦਾ ਮਾਫੀ ਦਾ ਕਾਗਜ਼ ਮਿਲਿਆ, ਨਾ ਬੈਂਕਾਂ ਵਾਲਿਆਂ ਕੋਲ ਚਿੱਠੀ ਪਹੁੰਚੀ, ਨਾ ਸਹਿਕਾਰੀ ਬੈਂਕਾਂ ਵਾਲਿਆਂ ਕੋਲ ਪਹੁੰਚੀ, ਨਾ ਆੜ੍ਹਤੀਆਂ ਕੋਲ ਪਹੁੰਚੀ, ਨਾ ਹਰ ਘਰ 'ਚ ਨੌਕਰੀ ਦਾ ਵਾਅਦਾ ਪੂਰਾ ਹੋਇਆ, ਨਾ ਪੈਨਸ਼ਨ ਵਧੀ ਹੈ, ਨਾ ਆਟਾ ਦਾਲ ਮਿਲਣਾ ਵਧਿਆ, ਨਾ ਘਿਓ ਮਿਲਿਆ, ਨਾ ਪੱਤੀ ਮਿਲੀ। ਪੰਜਾਬ ਦੀ ਜਨਤਾ 10 ਮਹੀਨੇ ਬੀਤ ਗਈ, ਇੱਕੋ ਚੀਜ਼ ਮਿਲੀ ਹੈ, ਤਾਰੀਖ ਤਾਰੀਖ ਤਾਰੀਖ, ਅਗਲੀ ਤਾਰੀਖ। ਉਹ ਅਗਲੀ ਤਾਰੀਖ ਕਦੋਂ ਪੂਰੀ ਹੋਏਗੀ, ਕਦੋਂ ਵਾਅਦੇ ਪੂਰੇ ਹੋਣਗੇ, ਕਦੋਂ ਪੰਜਾਬ ਦੀ ਜਨਤਾ ਨਾਲ ਕੀਤਾ ਗਿਆ ਵਾਅਦਾ ਇਨਸਾਫ 'ਚ ਬਦਲੇਗਾ। ਪੰਜਾਬ ਦੀ ਜਨਤਾ ਦੀ ਆਵਾਜ਼ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ 16 ਜਨਵਰੀ ਨੂੰ ਜ਼ਿਲ੍ਹਾ ਹੈੱਡਕੁਆਰਟਰ ਦੇ ਧਰਨੇ ਦੇਵੇਗੀ ਔਰ ਇੱਕ ਅੰਦੋਲਨਾਤਮਕ ਰੂਪ ਅਦਾ ਕਰਕੇ ਪੂਰੇ ਪੰਜਾਬ ਦੀ ਜਨਤਾ ਦਾ ਨੇਤ੍ਰਿਤਵ ਕਰਕੇ ਇਸ ਗੂੰਗੀ ਬਹਿਰੀ ਤਾਨਾਸ਼ਾਹ ਸਰਕਾਰ ਨੂੰ ਕੁੰਭਕਰਨ 'ਚ ਸੁੱਤੀ ਸਰਕਾਰ ਨੂੰ ਜਗਾਏ। ਮੋਗਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਪੰਘੇਰੀਆਂ 'ਚ ਇੱਕ ਹੋਰ ਕਿਸਾਨ ਖਜਾਨ ਸਿੰਘ ਵੱਲੋਂ ਕਰਜ਼ੇ ਦੇ ਹੇਠ ਦੱਬੇ ਹੋਣ ਕਾਰਨ ਖੁਦਕੁਸ਼ੀ ਕਰ ਲਈ ਹੈ। ਮਿਲੀ ਜਾਣਕਾਰੀ ਮੁਤਾਬਕ ਮਿਰੇ ਤੇ ਕਿਸਾਨ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ ਅਤੇ ਜਿਸ ਦੇ ਚੱਲਦੇ ਉਹ 7 ਲੱਖ ਰੁਪਏ ਦਾ ਕਰਜ਼ਾਈ ਹੋ ਗਿਆ ਸੀ ਅਤੇ ਇਸ ਪਰੇਸ਼ਾਨੀ ਦੇ ਚੱਲਦਿਆਂ ਕਿਸਾਨ ਵੱਲੋਂ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ ਗਈ। ਕਰਜ਼ਾਈ ਕਿੰਨਾ ਕਰਜ਼ਾਈ ਹੁਣ ਇੰਨਾ ਦਾ ਵੀਰੇ ਕੋ ਕਹਿ ਨਹੀਂ ਸਕਦੇ, ਕੋਈ ਦੱਸਿਆ ਨਹੀਂ ਤੁਹਾਨੂੰ ਜਾਣਕਾਰੀ ਨਹੀਂ ਜਾਮੋ ਨਹੀਂ। ਪਰਿਵਾਰ 'ਚ ਕੌਣ ਕੌਣ ਹੈ ਤੁਹਾਡੇ? ਮੈਂ ਆ, ਮੇਰੀ ਭੈਣ ਆ, ਉਹ ਵਿਆਹੀ ਹੋਈ ਆ ਤੇ ਮੇਰੀ ਮਾਂ ਰੋ ਤੇ ਪਾਪਾ। ਕੀ ਕਰਦੇ ਸੀ ਪਿਤਾ ਜੀ ਤੁਹਾਡੇ? ਖੇਤੀ ਦਾ। ਜ਼ਮੀਨ ਜ਼ਮੂਨ ਹੈਗੀ ਕੋਲ? ਨਹੀਂ ਵੀਰੇ। ਫਿਰ ਖੇਤੀ ਕਿਵੇਂ ਕਰਦੇ ਜੀ? ਠੇਕੇ ਤੇ। ਸਰ ਨਾਮ ਇਹਦਾ ਖਜਾਨ ਸਿੰਘ ਹੈ, ਜਗਜੀਤ ਸਿੰਘ ਦਾ ਪੁੱਤਰ ਹੈ ਤੇ ਖੇਤੀ ਇਹਦੇ ਕੋਲ ਆਪਦੇ ਕੋਲ ਤਾਂ ਜ਼ਮੀਨ ਹੈ ਨਹੀਂ ਗੀ, 2-3 ਕਿੱਲੇ ਦੀ ਖੇਤੀ ਕਰਦਾ ਸੀਗਾ ਮਾਮਲੇ ਤੇ ਥੋੜ੍ਹਾ ਜਿਹਾ ਡਾਊਨ ਜਾ ਸੀ, ਕਰਜ਼ਾਈ ਚ ਹੋ ਗਿਆ ਤੇ ਕੜਕੀ ਦੀ ਮਾਰੀ ਸੀਗੀ। 2 ਬੱਚੇ ਆ, ਇੱਕ ਵਿਆਹੀ, ਜਾਣੀ ਛੋਟਾ ਜ਼ਿਮੀਂਦਾਰ ਕਰਕੇ ਇਹਦੇ ਕੋਲ ਥੋੜ੍ਹਾ ਕਰਜ਼ਾ, ਇਹਦੇ ਕੋਲ 6-7 ਲੱਖ ਰੁਪਈਆ ਦੇ ਕਰਜ਼ਾ ਹੋ ਗਿਆ ਤੇ ਦਿਮਾਗ 'ਤੇ ਟੈਨਸ਼ਨ ਜ਼ਿਆਦਾ ਰਹਿੰਦੀ ਸੀਗੀ ਅਤੇ ਕੁਛ ਵਪਾਰ ਵਪੂਰ ਮੰਝਾਂ ਦਾ ਕਰਦਾ ਸੀ, ਉੱਧਰੋਂ ਘਾਟਾ ਪੈ ਗਿਆ ਇਹਨੂੰ, ਉਹ ਟੈਨਸ਼ਨ ਕਰਕੇ ਅਤੇ ਕੱਲ੍ਹ ਸੁਬਾਹ ਕਿਤੇ ਜਦੋਂ ਉੱਠਿਆ ਤਾਂ ਉਦੋਂ ਕੁਛ ਖਾ ਗਿਆ ਇਹ ਪਾਣੀ ਦੇ ਨਾਲ ਜ਼ਹਿਰੀਲੀ ਚੀਜ਼, ਘਰਦਿਆਂ ਨੂੰ ਪਤਾ ਲੱਗਾ, ਉਹ ਚੱਕ ਕੇ ਸਿੰਗਲਾ ਹਸਪਤਾਲ ਲੈ ਆਏ, ਉੱਥੇ ਕਿਤੇ ਸਾਰੀ ਦਿਹਾੜੀ ਦਾਖ ਰਿਹਾ, ਸ਼ਾਮ ਨੂੰ ਕਿਤੇ ਮੌਤ ਹੋ ਗਈ। ਖਜਾਨ ਸਿੰਘ ਜੀ ਸਾਨੂੰ ਜਗਜੀਤ ਸਿੰਘ ਜੱਟ ਵਾਸੀ ਤਲਵੰਡੀ ਪੰਘੇਰੀਆਂ, ਕੱਲ੍ਹ ਆ ਜਿਹੜਾ ਸੁਬਾਹ 7 ਵਜੇ ਨਾ ਚਾਹ ਤੋਂ ਬਾਅਦ ਕੋਈ ਜ਼ਹਿਰੀਲੀ ਚੀਜ਼ ਖਾ ਲਈ ਨੇ ਅਤੇ ਉਹ ਤੋਂ ਬਾਅਦ ਮਤਲਬ ਇਹਦੇ ਘਰ ਦੀ ਗਈ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਣ, ਉਹ ਤੋਂ ਬਾਅਦ 'ਚ ਨੇ ਦੱਸਿਆ ਵੀ ਮੈਂ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਮਾਨਸਿਕ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ ਅਤੇ ਉਹ ਕਰਜ਼ਾ ਕੁਰਦਾ ਜਾਣਾ ਸੀ, ਇਹਦਾ ਕਰਕੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਅਤੇ ਦੁਪਹਿਰ ਬਾਅਦ 5-5:30 ਮੌਤ ਹੋ ਗਈ। ਕਿੰਨਾ ਕੁ ਕਰਜ਼ਾ ਲਿਖਾਇਆ? 6-7 ਲੱਖ ਰੁਪਏ ਦਾ ਜੀ। ਕਿਹਦਾ ਦੇਣਾ ਸੀਗਾ ਕਰਜ਼ਾ? ਇਹ ਨਹੀਂ ਲਿਖਿਆ ਕਿਹਦਾ ਦੇਣਾ ਸੀ, ਪਰੇਸ਼ਾਨੀ ਮਾਨਸਿਕ ਪਰੇਸ਼ਾਨ ਰਹਿੰਦਾ ਸੀ, ਪੈਸੇ ਪੂਸੇ ਦੇਣੇ ਸੀ, ਆ ਜ਼ਮੀਨ ਜ਼ਮੂਨ ਦੇ ਉੱਠੇ ਘੱਟ ਟੁੱਟ ਟੁੱਟ ਗਿਆ। ਕਿੰਨੀ ਜ਼ਮੀਨ ਇਹਦੇ ਕੋਲ? ਇਹਦੇ ਕੋਲ ਜ਼ਮੀਨ ਘੱਟ ਹੀ ਆ ਜੀ, ਬਸ 1-2 ਕਨਾਲਾਂ ਹੋਣਗੀਆਂ। ਕਿਸਾਨੀ ਕਰਦਾ ਜੀ? ਹਾਂਜੀ ਹਾਂਜੀ, ਖੇਤੀਬਾੜੀ ਦਾ ਕੰਮ ਕਰਦਾ ਸੀ। ਇਹਦਾ ਇੱਕ ਲੜਕਾ ਵਿਆਹਿਆ ਵਾ ਜੀ, ਪੁਲਿਸ ਵੱਲੋਂ ਕੀਤੇ 74 ਦੀ ਕਾਰਵਾਈ, ਲੜਕੀ ਵਿਆਹੀ ਆ, ਲੜਕਾ ਕੁਆਰਾ।
ਮੋਗਾ ਜ਼ਿਲ੍ਹੇ ਦੇ ਮੇਨ ਬਾਜ਼ਾਰ 'ਚ ਇੱਕ ਹੀ ਚੋਰ ਵੱਲੋਂ ਤਿੰਨ ਦੁਕਾਨਾਂ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਚੋਰੀ ਵਾਲੀ ਜਗ੍ਹਾ ਤੋਂ ਕੁਝ ਹੀ ਦੂਰੀ 'ਤੇ ਪੁਲਿਸ ਦਾ ਪਹਿਰਾ ਵੀ ਲੱਗਿਆ ਹੁੰਦਾ ਹੈ ਅਤੇ ਇਸ ਦੇ ਬਾਵਜੂਦ ਚੋਰ ਵੱਲੋਂ ਤਿੰਨ ਦੁਕਾਨਾਂ 'ਚੋਂ ਲੱਖਾਂ ਦਾ ਸਮਾਨ ਅਤੇ ਨਕਦੀ ਚੋਰੀ ਕਰ ਲਈ ਗਈ। ਚੋਰ ਦੀ ਇਹ ਸਾਰੀ ਕਰਤੂਤ ਇੱਕ ਦੁਕਾਨ 'ਚ ਲੱਗੇ CCTV 'ਚ ਵੀ ਕੈਦ ਹੋ ਚੁੱਕੀ ਹੈ। ਫਿਲਹਾਲ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈਣ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਤ ਦੀ ਰਾਤ ਹੋਏ 2:30 ਵਜੇ ਦੋ ਇੱਕ ਦੋ ਬੰਦੇ ਜਿਹੜੇ ਕੈਮਰੇ 'ਚ ਆਏ ਨਾਲ ਬੋਲੀਏ ਦੇ ਸਾਰੇ 36-34 ਦੁਕਾਨਾਂ ਚੋਰੀ ਕਰ ਦਿੰਦੇ ਕਿੰਨੇ ਚੋਰੀ ਹੋਏ 60,000 ਕਿਆ ਸੀਗਾ ਤੁਹਾਡੀ ਦੁਕਾਨ 'ਚ ਕਿੱਥੋਂ ਆਏ ਜੀ ਉੱਪਰ ਦੇ ਨਾਲ ਬੋਲੀ ਫਿਰ ਵੀ ਚੋਰੀ ਹੋਈ ਹੈ ਚੋਰੀ ਤਾਂ ਜ਼ਰੂਰ ਹੋਈ ਹੈ ਜੀ ਪਰ ਪੁਲਿਸ ਡਿਊਟੀ 'ਤੇ ਵੀ ਹੁੰਦੀ ਆ ਪਰ ਇਹ ਬੈਕ ਸਾਈਡ 'ਚੋਂ ਕਿਤੋਂ ਚੋਰੀ ਕਰਕੇ ਲੈ ਗਿਆ ਇਹਦੇ ਬਾਰੇ ਜ਼ਿਆਦਾ ਕੁਛ ਨਹੀਂ ਕਹਿ ਸਕਦੇ ਆਈਡੈਂਟੀਫਾਈ ਹੋ ਸਕਿਆ ਆਈਡੈਂਟੀਫਾਈ ਇੱਕ ਬੰਦੇ ਦੀ ਫੋਟੋ ਜ਼ਰੂਰ ਸਾਡੇ ਕੋਲ ਆਈ ਹੈ ਉਹ ਵੀ ਉਹਦੀ ਥੋੜ੍ਹੀ ਜਿਹੀ ਅਧੂਰੀ ਫੋਟੋ ਆ ਲੇਕਿਨ ਉਹਦੇ ਤੋਂ ਉਹਦੀ ਸ਼ਨਾਖਤ ਜ਼ਰੂਰ ਹੋ ਸਕਦੀ ਹੈ ਸਾਡੀ ਕੋਸ਼ਿਸ਼ ਆ ਕਿ ਅਸੀਂ ਉਹਦੇ ਤੋਂ ਉਹਨੂੰ ਟ੍ਰੇਸ ਆਊਟ ਕਰਾਂਗੇ ਕਿੰਨਾ ਕੁ ਵਜੇ ਦਾ ਵਾਕਿਆ ਆਇਆ ਤੁਹਾਨੂੰ ਇਹ ਰਾਤ 2:30 ਵਜੇ ਦਾ ਵਾਕਿਆ ਜੀ 2:30 ਵਜੇ ਦਾ